ਇਹ ਅੱਜ ਸਾਨੂੰ ਮਾਨਸਾ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ, ਜਿਸ ਵਿੱਚ 12 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਸਾਡੇ ਇੰਸਪੈਕਟਰ ਬਿਕਰਮਜੀਤ ਸਿੰਘ ਹੈਗੇ ਆ, SHO ਸਦੂਲਗੜ੍ਹ, ਉਹਨਾਂ ਵੱਲੋਂ ਨਾਕਾ ਲਗਾਇਆ ਗਿਆ ਸੀ ਰਤੀਆ ਰੋਡ 'ਤੇ, ਲਿੰਕ ਰੋਡ ਜਿਹੜੀ ਖੈਰਾ ਕਲਾਂ ਨੂੰ ਜਾਂਦੀ ਹੈਗੀ ਹੈ। ਉਸ ਵਕਤ ਇੱਕ ਕਰੇਟਾ ਗੱਡੀ PV-CART ਨੰਬਰ ਦੀ ਕਰੇਟਾ ਗੱਡੀ ਸੀ, ਜਿਸ ਨੂੰ ਨਾਕੇ ਦੌਰਾਨ ਰੋਕਿਆ ਗਿਆ ਅਤੇ ਉਸਨੇ ਗੱਡੀ ਪਿੱਛੇ ਮੋੜਨ ਦੀ ਭੱਜਣ ਦੀ ਕੋਸ਼ਿਸ਼ ਕੀਤੀ। ਉਸਦੀ ਗੱਡੀ ਬੰਦ ਹੋ ਗਈ, ਜਿਸ ਨੂੰ ਚੈੱਕ ਕੀਤਾ ਗਿਆ, ਉਸ ਵਿੱਚ ਸਾਨੂੰ 12 ਕਿਲੋ ਅਫੀਮ ਬਰਾਮਦ ਹੋਈ ਹੈ। ਇਸ ਵਿੱਚ ਜੋ ਦੋਸ਼ੀ ਹੈਗਾ ਉਹਦਾ ਨਾਮ ਹੈਗਾ ਵਿਕਰਮ ਸਿੰਘ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ, ਜਿਹਦਾ ਅਲਵਰ ਦਾ। ਅਤੇ ਇਸਦੀ ਜੋ ਮੁੱਢਲੀ ਪੁੱਛਗਿੱਛ 'ਤੇ ਪਤਾ ਲੱਗਿਆ ਹੈਗਾ ਕਿ ਇਹ ਇੱਕ ਸਸਪੈਂਡਡ ਕੋਂਸਟੇਬਲ ਹੈਗਾ ਰਾਜਸਥਾਨ ਪੁਲਿਸ ਦਾ। ਇਹ ਚਿਤੌੜਗੜ੍ਹ ਪੁਲਿਸ 'ਚੋਂ ਸਸਪੈਂਡ ਹੋ ਗਿਆ ਸੀ। ਇਸ ਵਿੱਚ ਕੁਛ ਉਹਦੇ ਪੁਰਾਣੇ ਜਿਹੜੇ ਉੱਥੋਂ ਦੇ ਡਰੱਗ ਸਮਗਲਰ ਸੀ, ਉਹਨਾਂ ਨਾਲ ਇਹਦੇ ਲਿੰਕ ਪਾਏ ਗਏ ਸੀ, ਜੋ ਇਹਦੀ ਮੁੱਢਲੀ ਪੁੱਛਗਿੱਛ 'ਚੋਂ ਪਤਾ ਲੱਗਿਆ। ਪਰ ਹਜੇ ਤੱਕ ਇਸ ਵੱਲੋਂ ਸਾਨੂੰ ਅਸੀਂ ਵੈਰੀਫਾਈ ਕਰਦੇ ਪਏ ਹਾਂ ਕਿ ਇਹਦੇ ਉੱਪਰ ਕੋਈ ਪੁਰਾਣਾ FIR ਕੋਈ ਹੈਗੀ ਹੈ ਕਿ ਨਹੀਂ ਹੈਗੀ, ਬਟ ਇੰਨਾ ਪਤਾ ਲੱਗਿਆ ਸਸਪੈਂਡਡ ਸੀ। ਅਤੇ ਇਹਨੇ ਇਹ ਵੀ ਦੱਸਿਆ ਹੈਗਾ ਕਿ ਕਾਫੀ ਗੇਟ ਇੱਥੇ ਲਾ ਚੁੱਕਿਆ ਹੈਗਾ, ਅਤੇ ਜਿਹੜੀ ਇਹ ਵੀ 12 ਕਿਲੋ ਅਫੀਮ ਹੈਗੀ ਸੀ, ਇਹ ਇੱਥੇ ਪੰਜਾਬ 'ਚ ਕਈ ਕਸਟਮਰਾਂ ਨੂੰ ਦੇਣ ਆਇਆ ਸੀ। ਇਹ ਹਜੇ ਇਹੀ ਇੰਟਰੋਗੇਸ਼ਨ ਹਜੇ ਕਰਨੀ ਹੈਗੀ, ਇਸ ਲਈ ਅਸੀਂ ਰਿਮਾਂਡ ਹਾਸਲ ਕਰਦੇ ਪਏ ਹੈਗੇ ਹਾਂ। ਅਤੇ ਹੁਣ ਅਸੀਂ ਰਿਮਾਂਡ 'ਚ ਇਹੀ ਹੈ ਕਿ ਫੋਰਵਰਡ ਅਤੇ ਬੈਕਵਰਡ ਲਿੰਕੇਜ ਕਿੱਥੋਂ ਲੈ ਕੇ ਆਇਆ ਸੀ, ਅੱਗੇ ਕਿਹਨੂੰ ਕਿਹਨੂੰ ਦੇਣੀ ਸੀ, ਇਹੀ ਅਸੀਂ ਨੂੰ। 12 ਕਿਲੋ ਦੀ ਕੀਮਤ ਕਿੰਨੀ ਬਣਦੀ ਹੈ? ਕੀਮਤ ਅਸੀਂ ਵੈਸੇ ਵੀ ਸਾਨੂੰ ਐਜ਼ ਪਰ ਇੰਸਟਰਕਸ਼ਨ ਅਸੀਂ ਨਹੀਂ ਦੱਸ ਸਕਦੇ, ਇਹ ਤਾਂ ਇਕੱਲੇ ਸੀ ਪਰਸਨ ਜਿਹੜੇ, ਇਹ ਹਜੇ ਇਕੱਲਾ ਹੀ ਸੀ। ਇਹ ਗੱਡੀ 'ਚੋਂ ਸਾਨੂੰ ਬਰਾਮਦ ਹੋਈ ਹੈਗੀ ਸਰਚ ਦੌਰਾਨ। ਸੀਟ ਦੇ ਪਿੱਛੇ ਰੱਖੀ ਹੋਈ ਸੀ। ਇਹ ਹਾਂ, ਇਸ ਨੇ ਦੱਸਿਆ ਹੈਗਾ ਕਿ ਇਸ ਨੇ ਗੇੜੇ ਲਗਾਏ ਹੈਗੇ ਕਾਫੀ ਆਪਣੇ ਕਸਟਮਰ ਨੂੰ, ਇਹ ਸਪਲਾਈ ਕਰਦਾ ਸੀ ਇੱਥੇ, ਕਿਉਂਕਿ ਉਸ ਰਿਟਾਇਰਡ ਆਪਣਾ ਸਸਪੈਂਡਡ ਕੋਂਸਟੇਬਲ ਹੈਗਾ, ਅਤੇ ਇਸ ਲਈ ਲਿੰਕ ਹੈਗੇ ਸੀ। ਨਹੀਂ ਹਜੇ ਸਾਡੇ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਹੈਗਾ, ਅਸੀਂ ਨਾ ਹੀ ਇਹਨੇ ਦੱਸਿਆ ਕਿ ਅਸੀਂ ਰਾਜਸਥਾਨ ਪੁਲਿਸ ਨਾਲ ਤਾਲਮੇਲ ਕਰਕੇ ਇਸ ਦੀ ਪੁਰਾਣੀ ਜਿਹੜੀ ਕ੍ਰਿਮੀਨਲ ਹਿਸਟਰੀ ਆ ਉਹ ਪਤਾ ਕਰਦੇ। ਇਹ ਪਿਛਲੇ 2-3 ਸਾਲਾਂ ਤੋਂ, 2-3 ਮਹੀਨਿਆਂ ਤੋਂ ਤਾਂ ਇਹਨੇ ਦੱਸਿਆ ਕਿ ਐਕਟਿਵ ਸੀ।